ਕੀ ਹਾਲ ਚਾਲ ਨੇ ਵਾਲੋ ਠੀਕ ਹੋ ਮੇਜੋ ਤੁਸੀਂ ਜਿਹੜਾ ਠੀਕ ਹੋ ਸੋ ਮੇਰਾ ਨਾਮ ਸ਼ਰਾਜ਼ ਅਮਨ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਮੁੰਡਾ ਵਲੌਗ 2.0 ਅੱਜ ਦੇ ਵਲੌਗ ਵਿੱਚ ਸਾਨੂੰ ਖੁਸ਼ ਆਮਦੀਦ ਵੈਲਕਮ ਬੈਕ ਅਨਦਰ ਵਲੌਗ ਵਿਵਰਸ ਅੱਜ ਦੀ ਰੂਟੀਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਵਰਸ ਅਸੀਂ ਜਾ ਰਹੇ ਹਾਂ ਸਾਡੇ ਗਰਾਵਾਂ ਨਾਲ ਹੀ ਗਰਾਵਾਂ ਸਰਾਣਾ ਸਰਦਾਤ ਉੱਥੇ ਅਸੀਂ ਜਲਸੇ ਤੇ ਜਾ ਰਹੇ ਹਾਂ ਤਾਂ ਵਾਈ ਕੋਥੀ ਵਲੌਗ ਬਣ ਸਾ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਕਰੇ ਤਾਂ ਕਿ ਸਾਨੂੰ ਮਜ਼ੀਦ ਦੀ ਅੱਛੀ ਵੀਡੀਓ ਮਿਲਦੀ ਰਹੇ ਵੀਵਰਸ ਸਾਨੂੰ ਇੱਕ ਚਾਚੇ ਹੋਰੀ ਮਿਲ ਗਏ ਨੋ ਐ ਮੋਟਰਸਾਈਕਲ ਸਹੀ ਹਾਲ ਜਿਹੜਾ ਸਾਹਮਣੇ ਗੱਡੀ ਦਾਨ ਤੇ ਵਹਿੰਦੇ ਨੇ ਇਹ ਸਾਡੇ ਗ੍ਰਾਮ ਦੇ ਦਾਨ ਨੇ ਤਕਰੀਬਨ ਅਸੀਂ ਜਲਸੇ ਕੋਲ ਹੁਣ ਪਹੁੰਚਣਾ ਰਹੇ ਹਾਂ ਬਿਲਕੁਲ ਉੱਥੇ ਬਣ ਕੇ ਫਿਰ ਬਾਕੀ ਜਿਹੜਾ ਵੀਡੀਓ ਬਣਾਉਂਦੇ ਹਾਂ ਤਕਰੀਬਨ ਅਸੀਂ ਰਾਣਾ ਸਰਦਾਰ ਪਹੁੰਚਣਾ ਲਏ ਹਾਂ ਇਸ ਵੱਲ ਦਿਖਾਉਂਦੇ ਹਾਂ ਜਿੱਥੇ ਪਹਿਲਾਂ ਪਿੜ ਬਣੇ ਹੋਏ ਆ ਜਲਸੇ ਦਾ ਬਾਰਿਸ਼ ਦੀ ਵਜ੍ਹਾ ਤੋਂ ਹੁਣ ਫਿਰ ਪਿੜ ਚੇਂਜ ਹੋ ਗਿਆ ਉਸ ਵੱਲ ਤੱਕ ਕਹਿੰਦੇ ਹਾਂ ਵੀਵਰਸ ਇਸ ਟੋਟੇ ਜਿਹੜਾ ਪਿੜ ਬਣੇ ਹੋਏ ਨੇ ਸਾਹਮਣੇ ਸਾਹਮਣੇ ਪੋਲ ਲੱਗੇ ਹੋਏ ਨੂੰ ਤੇ ਇਹ ਤਾਂ ਜਲਸਾ ਹੋਣਾ ਆ ਬਾਰਿਸ਼ ਦੀ ਵਜ੍ਹਾ ਜਿਹੜਾ ਕੈਂਸਲ ਹੋ ਗਿਆ ਤੇ ਹੁਣ ਫਿਰ ਅੱਗੇ ਗਰਾਮ ਹੈ ਕਿ ਜਾਈ ਬਣਾਇਆ ਨੇ ਪੇੜੋ ਪਰ ਸੇ ਵਾਲੇ ਸਾਹਮਣੇ ਚਾਚੇ ਹੋਰੀ ਗਏ ਨੇ ਤੇ ਇਹਨਾਂ ਸਾਨੂੰ ਮੋਟਰਸਾਈਕਲ ਦਾ ਬਾਗ ਕਹਿੰਦਾ ਬਿਲਕੁਲ ਅਸੀਂ ਪਹੁੰਚ ਗਏ ਜਲਸੇ ਕੋਲ ਪਿੱਛੇ ਇਹ ਸਾਹਮਣੇ ਕੋਈ ਇੱਕ ਮਸਜਿਦ ਖੜੇ ਬਾਤ ਹੈ ਉਸ ਨਾਲ ਜਿਹੜਾ ਰਸ਼ ਬਣਾ ਪਿਆ ਬਾਕੀ ਜਲਸਾ ਤਕਰੀਬਨ ਇਸ ਜਾਈ ਤੇ ਸਾਹਮਣੇ ਬਣਾ ਪਿਆ ਪੇੜੋ ਤੇ ਉੱਥੇ ਤਾਂ ਮੈਂ ਤਾਂ ਸਹਿੰਦੇ ਹੁਣ ਫਿਰ ਪੈਦਲ ਬਹਿੰਦੇ ਹਾਂ ਬਾਕੀ ਵਲਾਗ ਉਹ ਬਣ ਸਾਂ ਬਾਕੀ ਸਾਨੂੰ ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਕਰੇ ਤਾਂ ਕਿ ਸਾਨੂੰ ਮਜ਼ੀਦ ਅੱਛੀ ਅੱਛੀ ਵੀਡੀਓ ਮਿਲਦੀ ਆ ਰਾਂ ਵੀ ਵਰਸ ਅਸੀਂ ਰਾਣਾ ਪੇੜਾ ਤਾਂ ਪਹੁੰਚ ਗਏ ਹਾਂ ਤੇ ਸਵੰਨ ਜਿਹੜਾ ਪੇੜ ਤਾਂ ਕਹਿੰਦੇ ਹਾਂ ਬਾਕੀ ਜਿਹੜਾ ਪੁਰਾਣਾ ਪੇੜਾ ਆ ਉੱਥੇ ਜਿਹੜਾ ਛਿਕੜਾ ਨਾਲ ਬੜਾ ਕੰਮ ਖਰਾਬ ਹੋਇਆ ਪਿਆ ਤੇ ਇਹ ਪੇੜ ਜਿਹੜਾ ਇਹ ਵੀ ਤਿਆਰ ਪੇ ਕਰੀਨੇ ਇਹਨੂੰ ਸਵਾਨੀ ਵੀ ਤਾਂ ਕਹਿੰਦੇ ਹਾਂ ਸਾਹਮਣੇ ਪੇੜ ਨੇ ਵੀ ਵਰਦੋ ਤਿਆਰੀ ਵੀ ਹੋਣੀ ਨਹੀਂ ਪੇੜਾ ਜੀ ਤੇ ਇਹ ਚਿਕੜ ਤਾਂ ਕਹਿੰਦੇ ਬਾਰਿਸ਼ ਨਾਲ ਟਰੈਕਟਰ ਲੱਗੇ ਪਏ ਤੇ ਪੇੜ 'ਤੇ ਬਣਾਉਂਦੇ ਇਹਨੂੰ ਤੇ ਥੋੜ੍ਹੀ ਦੇਰ ਤੇ ਕੀ ਪਤਾ ਜਲਸਾ ਵੀ ਤਿਆਰ ਹੋ ਮੰਜੇ ਵੀਵਰ ਤਕਰੀਬਨ ਜਾ ਮਿਲ ਗਈ ਹੈ ਬਹਿ ਗਏ ਤੁਹਾਡੇ ਲੱਤ ਜਲਸਾ ਜਿਹੜਾ ਸਟਾਰਟ ਹੁੰਦਾ ਤੇ ਪੇੜ ਵੀ ਬਣ ਗਿਆ ਤੇ ਸਵਾਨ ਜਿਹੜਾ ਪੂਰਾ ਜਲਸਾ ਵਿਖਾ ਵੀਵਰ ਬਾਕੀ ਵੀਡੀਓ ਵੇਖੀ ਉਹ ਚੈਨਲ ਨੂੰ ਸਬਸਕ੍ਰਾਈਬ ਕੀਤੀ ਆ ਵੋ ਬਸ ਹੁਣ ਤਿਲਾਵਤ ਸ਼ੁਰੂ ਹੋ ਗਈ ਹੈ ਤੇ ਇਸ ਤੋਂ ਬਾਅਦ ਫਿਰ ਜਲਸਾ ਸਟਾਰਟ ਹੈ ਵਲਾ ਮਿਆ ਕੋਲ ਲਹੂ
جلسے تے آیا بارش دی وجہ جلسہ اڑا جڑا مزے دا نہیں ہویا تے ہن جڑا واپسی ہے امید اس ون ولاگ پسند آیا سی چینل نو سبسکرائب کرے لائک کرے